ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਣੇ ਆ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ, ਜਿੱਦਾਂ ਕਿ ਕੱਲ੍ਹ ਵੀ ਆਪਾਂ ਲਾਈਵ ਆਏ ਸੀਗੇ ਅਤੇ ਜਿੰਨਾ ਕੁ ਹੋ ਸਕਿਆ ਆਪਾਂ ਲਾਈਵ ਦੇ ਵਿੱਚ ਵੀ ਤੁਹਾਨੂੰ ਸਾਰੀ ਯਾਰੀ ਗੱਲਬਾਤ ਦੱਸਣ ਦੀ ਕੋਸ਼ਿਸ਼ ਕੀਤੀ। ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਸਹੀ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਕੱਲ੍ਹ ਲਾਈਵ ਦੇ ਵਿੱਚ ਬਹੁਤ ਸਾਰੇ ਕਮੈਂਟ ਆ ਰਹੇ ਸੀਗੇ, ਜਿਹਦੇ ਵਿੱਚ ਕਿਉਂਕਿ ਗੱਲ ਕਰਦੇ ਸਮੇਂ ਉਹਨਾਂ ਕਮੈਂਟਾਂ ਵੱਲ ਧਿਆਨ ਚਲ ਜਾਂਦਾ ਅਤੇ ਜਿਹੜਾ ਕਿ ਆਪਾਂ ਉਸ ਜਿਹੜੀ ਗੱਲ ਕਰਦੇ ਹੁੰਦੇ ਉਸ ਤੋਂ ਆਪਾਂ ਭਟਕ ਜਾਂਦੇ ਹਾਂ, ਥੋੜ੍ਹਾ ਆਪਣਾ ਧਿਆਨ ਹੋਰ ਬੰਨੇ ਚਲ ਜਾਂਦਾ, ਹੋਰ ਗੱਲਾਂ ਵੱਲ ਧਿਆਨ ਚਲੇ ਜਾਂਦਾ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਹੀ ਤਰੀਕੇ ਨਾਲ। ਪਹਿਲਾਂ ਆਪਾਂ ਗੱਲ ਕਰਾਂਗੇ ਕਿ ਫਲਾਈਟ ਵਗੈਰਾ ਚੱਲ ਰਹੀਆਂ ਜਾਂ ਨਹੀਂ ਚੱਲ ਰਹੀਆਂ, ਜਿੱਦਾਂ ਕਿ ਤੁਹਾਡੇ ਬਹੁਤ ਸਾਰੇ ਮੈਸੇਜ ਆਏ ਹੁੰਦੇ ਆ ਅਤੇ ਆਪਣੇ ਫੇਸਬੁੱਕ ਪੇਜ ਸਾਈਪ੍ਰਸ ਲਾਈਵ 'ਤੇ ਉੱਥੇ ਜਾ ਕੇ ਉਹਨੂੰ ਫੋਲੋ ਜ਼ਰੂਰ ਕਰ ਲਿਓ, ਠੀਕ ਹੈ। ਅਤੇ ਉੱਥੇ ਆਪਾਂ ਜਿੱਦਾਂ ਕਿ ਜੋ ਵੀ ਤੁਸੀਂ ਮੈਸੇਜ ਕਰਦੇ ਹੁੰਦੇ ਉਹਦਾ ਆਪਾਂ ਜਵਾਬ ਦਿੰਦੇ ਰਹਿੰਦੇ ਹਾਂ, ਜਦੋਂ ਵੀ ਟਾਈਮ ਲੱਗਦਾ ਮੈਂ ਉਹਦਾ ਜਵਾਬ ਜ਼ਰੂਰ ਦਿੰਦਾ ਹਾਂ। ਸੋ ਪਹਿਲਾਂ ਆਪਾਂ ਗੱਲ ਕਰ ਦਿੰਦੇ ਹਾਂ ਫਲਾਈਟ ਬਾਰੇ, ਠੀਕ ਹੈ। ਦੂਜੀ ਗੱਲ ਕਰਾਂਗੇ ਆਪਾਂ ਵੀਜ਼ੇ ਲੱਗਣ ਬਾਰੇ, ਵੀ ਵੀਜ਼ੇ ਲੱਗਦੇ ਕਿਉਂ ਨਹੀਂ ਗਏ ਅਤੇ ਕਿ ਵੀਜ਼ੇ ਲੱਗ ਰਿਹਾ ਜਾਂ ਨਹੀਂ ਲੱਗ ਰਹੇ ਅਤੇ ਵੀਜ਼ੇ ਕਿਉਂ ਨਹੀਂ ਲੱਗ ਰਹੇ, ਵੀ ਕੀ ਪ੍ਰੋਬਲਮ ਆ ਰਹੀ ਆ, ਠੀਕ ਹੈ ਜੀ। ਅਤੇ ਤੀਜੀ ਗੱਲ ਕਰਾਂਗੇ ਕਿ ਵੈਕਸੀਨ ਬਾਰੇ, ਜਿੱਦਾਂ ਕਿ ਬਹੁਤ ਸਾਰੇ ਦੋਸਤਾਂ ਨੇ ਜਿੱਦਾਂ ਕਿ ਇੰਡੀਆ ਦੇ ਵਿੱਚ ਵੀ ਵੈਕਸੀਨ ਵਗੈਰਾ ਲਗਵਾਈ ਆ ਅਤੇ ਉਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਗੱਲ ਕਰ ਲੈਂਦੇ ਹਾਂ ਫਲਾਈਟਸ ਬਾਰੇ। ਦੇਖੋ ਜੀ, ਜਿੱਦਾਂ ਕਿ ਜਿਹੜੇ ਬੰਦੇ ਆਪਣੇ ਛੁੱਟੀ ਗਏ ਹੋਏ ਆ ਸਾਈਪ੍ਰਸ ਤੋਂ ਇੰਡੀਆ ਗਏ ਹੋਏ ਆ, ਉਹ ਆ ਰਹੇ ਆ, ਠੀਕ ਹੈ ਕਿ ਉਹਨਾਂ ਦੀ ਫਲਾਈਟ ਵਗੈਰਾ ਚੱਲ ਰਹੀ ਆ, ਜਿੱਦਾਂ ਕਿ ਪਹਿਲਾਂ ਕਤਰ ਏਅਰਲਾਈਨ ਦੀ ਚੱਲਦੀ ਪਈ ਸੀਗੀ, ਠੀਕ ਹੈ ਜੀ। ਥੋੜ੍ਹੇ ਦਿਨ ਜਿੱਦਾਂ ਕਿ ਥੋੜ੍ਹਾ ਇੱਕ ਦੋ ਦਿਨ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਜਿਹੜੀ ਕਤਰ ਏਅਰਲਾਈਨ ਦੀ ਜਿਹੜੀ ਫਲਾਈਟ ਆ ਉਹਦੇ ਵਿੱਚ ਵੀ ਕੁਝ ਜਿੱਦਾਂ ਫਲਾਈਟਾਂ ਵਗੈਰਾ ਬੁੱਕ ਹੈਗੀਆਂ, ਪਰ ਉਹਦਾ ਸ਼ੋਰ ਨਹੀਂ ਹੈਗਾ ਵੀ ਉਹ ਕੈਂਸਲ ਹੋ ਰਹੀ ਆ ਜਾਂ ਆ ਰਹੀ ਆ, ਤੇ ਉਹਦੇ ਬਾਰੇ ਇੱਕ ਵਾਰੀ ਕਨਫਰਮ ਜ਼ਰੂਰ ਕਰ ਲਿਓ। ਤੇ ਦੂਜੀ ਜਿਹੜੀ ਫਲਾਈਟ ਆ, ਮਤਲਬ ਵਾਇਆ ਯੂਕਰੇਨ ਇੱਕ ਫਲਾਈਟ ਆ ਰਹੀ ਆ, ਕਿਉਂਕਿ ਕੁਝ ਦੋਸਤ ਜਿਹੜੇ ਆ ਆਪਣੇ ਨਾਲ ਗੱਲ ਕਰਨ ਦੇ ਟਾਈਮ ਉਹਨਾਂ ਨੇ ਆਪਾਂ ਨੂੰ ਦੱਸਿਆ ਕਿ ਵਾਇਆ ਯੂਕਰੇਨ ਜਿਹੜੀ ਆ ਵੀ ਅਸੀਂ ਆ ਰਹੇ ਹਾਂ, ਠੀਕ ਹੈ, ਇਸ ਤਰੀਕ ਨੂੰ ਆ ਰਹੇ ਹਾਂ ਜਾਂ ਅਤੇ ਅਸੀਂ ਸਾਡੀ ਬੁਕਿੰਗ ਹੋਈ ਆ, ਠੀਕ ਹੈ, ਆ ਰਿਹਾ। ਅਤੇ ਜੇ ਇੰਡੀਆ ਤੋਂ ਵੀ ਆਪਣੇ ਇੰਡੀਆ ਤੋਂ ਆ ਰਿਹਾ ਅਤੇ ਜੇ ਸਾਈਪ੍ਰਸ ਤੋਂ ਕਿਸੇ ਨੇ ਜਾਣਾ ਵਾ ਉਹ ਵੀ ਜਾ ਸਕਦੇ ਆ ਛੁੱਟੀ ਲਈ। ਅਤੇ ਬਾਕੀ ਜਿਹੜੀ ਗੱਲ ਸੀਗੀ, ਬਹੁਤ ਸਾਰੇ ਦੋਸਤ ਇਹ ਵੀ ਪੁੱਛ ਜਾਂਦੇ ਵੀ ਸਾਡਾ ਵੀਜ਼ਾ ਖਤਮ ਹੋ ਗਿਆ ਅਤੇ ਵੀ ਅਸੀਂ ਇੰਡੀਆ ਆਏ ਹੋਏ ਸੀਗੇ ਅਤੇ ਸਾਡੀ ਮਤਲਬ ਫਲਾਈਟ ਵਗੈਰਾ ਕੈਂਸਲ ਹੋ ਗਈ, ਸਾਡਾ ਵੀਜ਼ਾ ਖਤਮ ਹੋ ਗਿਆ। ਉਹਨਾਂ ਬਾਰੇ ਮੈਂ ਇਹ ਗੱਲ ਦੱਸ ਦੇਣਾ ਚਾਹੁੰਦਾ ਕਿ ਇਸ ਮਹੀਨਾ ਜਿਹੜਾ ਆਖੀਰਲਾ ਛੇਵਾਂ ਮੰਥ ਹੈ, ਜਿਹੜਾ ਵੀ ਇਹਦੇ 30 ਤਰੀਕ ਤੀਕਰ ਮਤਲਬ ਤੁਸੀਂ ਆ ਸਕਦੇ ਆ, ਉਹਦਾ ਇਹ ਆ ਵੀ ਜੇ ਤੁਹਾਡੇ ਤੁਸੀਂ ਆਪਣੇ ਮਾਲਕ ਨਾਲ ਕੰਟੈਕਟ ਕਰੋ, ਠੀਕ ਹੈ ਜੀ, ਉਹਨਾਂ ਨਾਲ ਗੱਲਬਾਤ ਕਰੋ ਅਤੇ ਇੱਕ ਉਹਨਾਂ ਨੂੰ ਪੇਪਰ ਭੇਜਣਾ ਹੁੰਦਾ ਆ ਅਤੇ ਇੱਕ ਜਿੱਦਾਂ ਮਤਲਬ ਕਿ ਇਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਆ ਅਤੇ ਉਹਦੇ ਵਿੱਚ ਤੁਸੀਂ ਆ ਸਕਦੇ ਆ, ਠੀਕ ਹੈ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋ ਸਕਦੀ, ਤੁਸੀਂ ਇਸ ਮਹੀਨੇ ਮਤਲਬ 30 ਤਰੀਕ ਤੱਕ ਆ ਸਕਦੇ ਆ, ਠੀਕ ਹੈ। ਅਤੇ ਜਿਹੜਾ ਮਤਲਬ ਲਾਸਟ ਮਹੀਨਾ ਹੈ, ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਅਨਾਊਂਸਮੈਂਟ ਉਹ ਦੇਖ ਸਕਦੇ ਆ, ਪੜ੍ਹ ਸਕਦੇ ਆ ਖੁਦ ਵੀ, ਠੀਕ ਹੈ। ਅਤੇ ਬਾਕੀ ਜਿਹੜੀ ਹੁਣ ਗੱਲ ਕਰਦੇ ਹਾਂ ਵੀ ਵੀਜ਼ੇ ਕਿਉਂ ਨਹੀਂ ਲੱਗ ਰਹੇ, ਠੀਕ ਹੈ, ਵੀਜ਼ਿਆਂ ਦੀ ਗੱਲ ਇਹ ਆ ਵੀ ਕਿਉਂਕਿ ਕਾਫੀ ਚਿਰ ਤੋਂ ਜਿੱਦਾਂ ਕਿ ਹੁਣ ਇੱਥੇ ਸਾਈਪ੍ਰਸ ਦੇ ਵਿੱਚ ਜਿੱਦਾਂ ਓਪਨ ਤਾਂ ਸਭ ਕੁਝ ਹੋ ਗਿਆ, ਸਭ ਕੁਝ ਓਪਨ ਆ, ਸਭ ਕੁਝ ਚੱਲ ਰਿਹਾ, ਠੀਕ ਹੈ, ਸਾਰੇ ਕੰਮਕਾਰ ਵੀ ਚੱਲ ਰਿਹਾ, ਪਰ ਇੰਡੀਆ ਦਾ ਜਿੱਦਾਂ ਕਿ ਰੈੱਡ ਜ਼ੋਨ ਦੇ ਵਿੱਚ ਆਉਣ ਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਇਹਨਾਂ ਨੇ ਦੇਖ ਕੇ, ਜਿਹੜੀ ਹਰੇਕ ਕੰਟਰੀ ਆ, ਇਕੱਲੀ ਸਾਈਪ੍ਰਸ ਨਹੀਂ ਕਾਫੀ ਸਾਰੀਆਂ ਕੰਟਰੀਆਂ ਵਾ, ਉਹ ਚੀਜ਼ਾਂ ਨੂੰ ਮਤਲਬ ਦੇਖਦੀਆਂ ਵੇ ਕਿ ਇਹ ਰੈੱਡ ਜ਼ੋਨ ਦੇ ਵਿੱਚ ਆ, ਕੋਈ ਵੀ ਨਹੀਂ ਚਾਹੁੰਦਾ ਕਿ ਸਾਡੇ ਦੇਸ਼ ਦੇ ਵਿੱਚ ਵੀ ਦੁਬਾਰਾ ਫਿਰ ਇਹੋ ਜਿਹੀ ਮਤਲਬ ਜ਼ਿਆਦਾ ਪ੍ਰੋਬਲਮ ਵਧੇ, ਅਤੇ ਇਸ ਕਰਕੇ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਵਾ, ਜਿੱਦਾਂ ਕਿ ਪਤਾ ਵੀ ਲੱਗਿਆ ਕੁਛ, ਜਿੱਦਾਂ ਉਮੀਦ ਆ ਕਿ ਜਿੱਦਾਂ ਜੇ ਜਿਨ੍ਹਾਂ ਨੇ ਵੈਕਸੀਨ ਲਵਾਈ ਆ ਅਤੇ ਜਿਨ੍ਹਾਂ ਕੋਲ ਸਰਟੀਫਿਕੇਟ ਹੈਗਾ ਵਾ, ਸ਼ਾਇਦ ਉਹ ਆ ਸਕਣਗੇ ਜਲਦੀ, ਉਹਨਾਂ ਨੂੰ ਵੀਜ਼ਾ ਮਤਲਬ ਮਿਲ ਸਕਦਾ, ਇਸ਼ੂ ਵੀ ਹੋ ਸਕਦਾ ਆ, ਹੋ ਸਕਦਾ ਵੀ ਇਹ ਚੀਜ਼ ਮੰਗ ਸਕਦੇ ਆ, ਅਤੇ ਇਹਦਾ ਮੈਂ ਸ਼ੋਰ ਨਹੀਂ ਹੈਗਾ ਇਸ ਗੱਲ ਨੂੰ, ਪਰ ਮੈਂ ਇਸ ਚੀਜ਼ ਨੂੰ ਮੰਨ ਕੇ ਚੱਲਦਾ ਵੀ ਇਹ ਚੀਜ਼ ਹੋ ਸਕਦੀ ਆ, ਕਿਉਂਕਿ ਵੀਜ਼ੇ ਇਸ਼ੂ ਨਹੀਂ ਹੋ ਰਿਹਾ ਇਹ ਆਪਣੇ ਇੰਡੀਅਨ ਲੋਕਾਂ ਦੇ, ਕਿਉਂਕਿ ਜਿੱਦਾਂ ਹੋਰਾਂ ਕੰਟਰੀਆਂ ਦੇ ਇਜਿਪਟ ਹੋ ਗਈ ਜਿੱਦਾਂ ਲੱਗ ਕੇ ਪੈਂਦਾ ਆ, ਠੀਕ ਹੈ, ਅਤੇ ਹੋਰਾਂ ਜਿਹੜੀਆਂ ਕੰਟਰੀਆਂ ਤਕਰੀਬਨ ਇੱਕ ਦੋ ਹੋਰ ਕੰਟਰੀਆਂ ਉਹਨਾਂ ਦੇ ਵੀਜ਼ੇ ਮਤਲਬ ਇਸ਼ੂ ਹੋ ਰਿਹਾ, ਠੀਕ ਹੈ। ਅਤੇ ਬਾਕੀ ਟੂਰਿਸਟ ਵਗੈਰਾ ਵੀ ਜਿਹੜੇ ਆ ਹੋਰ ਜਿਹੜੇ ਆ ਉਹ ਆ ਰਹੇ ਆ ਇੱਥੇ ਸਾਈਪ੍ਰਸ ਦੇ ਵਿੱਚ, ਹੋਰ ਕੋਈ ਚੀਜ਼ ਨਹੀਂ ਹੈਗੀ। ਬਾਕੀ ਇੰਡੀਅਨ ਵਾਸਤੇ ਜਿਹੜੀ ਇਹ ਚੀਜ਼ ਹੈਗੀ ਆ ਵੀ ਆਪਣੇ ਪ੍ਰੋਬਲਮ ਇਹ ਹੋ ਸਕਦੀ ਆ ਵੀ ਆਪਣੇ ਜਿੱਦਾਂ ਰੈੱਡ ਜ਼ੋਨ ਦੇ ਵਿੱਚ ਆਉਣ ਦੇ ਕਰਕੇ ਇਹ ਚੀਜ਼ਾਂ ਹੋ ਸਕਦੀਆਂ, ਆਪਣੇ ਕੋਲ ਹੋਰ ਮਤਲਬ ਜਿਹੜੀ ਆ ਡਿਟੇਲ ਜਿੱਦਾਂ ਹੋਰ ਪੇਪਰ ਵਗੈਰਾ ਮੰਗ ਸਕਦੇ ਆ, ਜਿਹੜਾ ਕਿ ਵੈਕਸੀਨ ਦਾ ਜਿਹੜਾ ਲੱਗਿਆ ਜਾਂ ਤੁਹਾਡੇ ਲੱਗੀ ਆ ਜਾਂ ਨਹੀਂ ਲੱਗੀ, ਠੀਕ ਹੈ। ਅਤੇ ਬਾਕੀ ਪੁੱਛਦੇ ਹੁੰਦੇ ਵੈਕਸੀਨ ਕਿਹੜੀ ਸਹੀ ਆ, ਜਿੱਦਾਂ ਕੋਵੈਕਸੀਨ ਹੈ, ਜਿੱਦਾਂ ਬਹੁਤ ਸਾਰੇ ਦੋਸਤਾਂ ਨੇ ਪੁੱਛਿਆ ਕਿ ਸਾਨੂੰ ਪਤਾ ਲੱਗਿਆ ਕਿ ਇਹ ਵੈਲਿਡ ਨਹੀਂ ਹੈਗੀ। ਦੇਖੋ ਜੀ, ਇੱਦਾਂ ਵਾ ਜੇ ਤੁਹਾਡੇ ਮਤਲਬ ਵੈਕਸੀਨ ਇਹ ਲੱਗ ਗਿਆ, ਦੋਨੋਂ ਡੋਜ਼ ਲੱਗ ਗਿਆ, ਠੀਕ ਹੈ, ਇੰਡੀਆ ਦੇ ਹਿਸਾਬ ਨਾਲ ਇੰਡੀਆ ਦੇ ਵਿੱਚ ਹੋਰ ਵੈਕਸੀਨ ਲੱਗ ਰਹੀਆਂ ਵਾ, ਜਿੱਦਾਂ ਸਾਈਪ੍ਰਸ ਦੇ ਵਿੱਚ ਫਾਈਜ਼ਰ ਹੋ ਗਿਆ ਅਸਟ੍ਰੋਜਨੇਕਾ ਹੋ ਗਿਆ, ਇਸ ਤਰ੍ਹਾਂ ਦੀਆਂ ਜਿਹੜੀਆਂ ਵਾ ਵੈਕਸੀਨ ਵਗੈਰਾ ਲੱਗ ਰਹੀਆਂ ਵਾ,
ਤੇ ਬਾਕੀ ਇਹਨਾਂ ਜਿਹੜੀਆਂ ਵੈਕਸੀਨ ਲੱਗ ਜਾਂਦੀਆਂ ਵਾ ਜਦੋਂ ਸਰਟੀਫਿਕੇਟ ਤੁਹਾਡਾ ਮਿਲ ਜਾਂਦਾ ਵਾ, ਇਹਨਾਂ ਨੇ ਵੈਕਸੀਨ ਲਵਾਉਣ ਦਾ ਇਹ ਚੀਜ਼ ਕੀਤੀ ਆ ਕਿ ਸਾਰੇ ਮਤਲਬ ਜੇ ਤੁਸੀਂ ਹੋਰ ਵੀ ਕੰਟਰੀ ਜਾਣਾ ਵਾ ਵੈਕਸੀਨ ਜੇ ਲੱਗਦੀ ਆ ਤੁਹਾਡੇ ਲੱਗੀ ਹੋਈ ਆ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ। ਇੱਕ ਡਿਜੀਟਲ ਜਿਹੜਾ ਵਾ ਪਾਸਪੋਰਟ ਵਾਂਗੂ ਬਣ ਜਾਣਾ ਵਾ, ਇੱਕ ਐਪ ਵੀ ਮੋਬਾਈਲ ਦੇ ਵਿੱਚ ਬਣ ਜਾਣੀ ਆ ਜਿਹਦੇ ਵਿੱਚ ਤੁਸੀਂ ਉਹਨੂੰ ਆਪਣਾ ਡਾਟਾ ਦੇਖ ਸਕਦੇ ਆ ਸਭ ਕੁਝ, ਜਿਹੜਾ ਕਿ ਆਨਲਾਈਨ ਆਪਾਂ ਇਹਨਾਂ ਨੇ ਸਾਰੀਆਂ ਕੰਟਰੀਆਂ ਨੇ ਕਰ ਦੇਣਾ ਵਾ। ਜੇ ਤੁਸੀਂ ਸ਼ਾਂਗਨ ਵੀਜ਼ੇ ਤੇ ਵੀ ਜਾਣਾ ਵਾ ਫਿਰ ਵੀ ਤੁਹਾਨੂੰ ਕੋਈ ਟੈਸਟ ਕਰਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ ਉਹ ਤੁਹਾਡੇ ਕੋਲ ਜਿਹੜਾ ਇੱਕ ਸਰਟੀਫਿਕੇਟ ਹੋਣਾ ਵਾ ਵੈਕਸੀਨ ਲੱਗੀ ਦਾ। ਸੋ ਇਹ ਚੀਜ਼ਾਂ ਹੈਗੀਆਂ ਵਾ ਤੇ ਬਾਕੀ ਇੰਡੀਆ ਤੋਂ ਜਿਹੜੇ ਬੰਦੇ ਨੇ ਆਉਣਾ ਵਾ ਨਵੇਂ ਵੀਜ਼ੇ ਬਾਰੇ, ਇਹਦੇ ਵਿੱਚ ਥੋੜੀ ਜਿਹੀ ਉਲਝਣ ਆਏਗੀ ਆ ਵੀ ਕਿਉਂ ਨਹੀਂ ਵੀਜ਼ੇ ਇਸ਼ੂ ਹੋ ਰਹੇ। ਇਸੇ ਕਰਕੇ ਨਹੀਂ ਹੋ ਰਿਹਾ ਕਿਉਂਕਿ ਆਪਣੀ ਕੰਟਰੀ ਹੈਗੀ ਆ ਰੈੱਡ ਜ਼ੋਨ ਦੇ ਵਿੱਚ, ਇਸ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਆ। ਇਹ ਨਹੀਂ ਹੈਗਾ ਵੀ ਵੀਜ਼ੇ ਇਸ਼ੂ ਨਹੀਂ ਹੋਣਗੇ, ਹੋਣਗੇ ਜ਼ਰੂਰ, ਪਰ ਥੋੜਾ ਜਿਹਾ ਕਲੀਅਰ ਹੋਊਗਾ ਸਾਰੀਆਂ ਚੀਜ਼ਾਂ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਆਪਣੀ ਹੋਰ ਵੀਡੀਓ ਦੇ ਵਿੱਚ ਜਿੱਦਾਂ ਵੀ ਕੋਈ ਵੀ ਨਵੀਂ ਅਪਡੇਟ ਹੋਈ ਆਪਾਂ ਤੁਹਾਨੂੰ ਡਿਟੇਲ ਦਿੰਦੇ ਰਹਾਂਗੇ। ਤੇ ਤੀਜੀ ਗੱਲ ਜਿਹੜੀ ਸੀਗੀ ਵੀ ਵੈਕਸੀਨ ਲਵਾਉਣੀ ਸਹੀ ਆ ਜਾਂ ਨਹੀਂ ਆ, ਜਿਹੜਾ ਕੋਈ ਬੰਦਾ ਆ ਸਕਦਾ ਜਾਂ ਨਹੀਂ ਆ ਸਕਦਾ ਜਿੱਦਾਂ ਬਿਨਾਂ ਵੈਕਸੀਨ ਲਵਾਏ ਤੋਂ, ਦੇਖੋ ਜੀ ਆ ਸਕਦਾ ਵਾ ਪਰ ਉਹਨੂੰ ਜਿਹੜੀ ਆ ਰਿਪੋਰਟ ਜਿਹੜੀ ਆ ਉਹ ਤੁਹਾਨੂੰ ਆਪਣਾ 72 ਘੰਟੇ ਜਿਹੜੀ ਆ ਰਿਪੋਰਟ ਉਹ ਦੇਣੀ ਪੈਣੀ ਹੈ, ਠੀਕ ਹੈ, ਤੇ ਉਹ ਦੇਣੀ ਪੈਣੀ ਆ, ਅਪਲੋਡ ਕਰਨੀ ਪੈਣੀ ਆ। ਫਿਰ ਬਾਕੀ ਸਾਈਪ੍ਰਸ ਦੇ ਵਿੱਚ ਐਂਟਰੀ ਹੋਣ ਵਾਸਤੇ ਜਿਹੜਾ ਫਲਾਈਟ ਪਾਸ ਹੁੰਦਾ ਆ ਤੇ ਇੱਥੋਂ ਦਾ ਬਣਦਾ ਆ, ਸਾਈਪ੍ਰਸ ਫਲਾਈਟ ਪਾਸ ਜਿਹੜਾ ਬਣਦਾ ਵਾ ਉਹ ਆਪਾਂ ਨੂੰ ਆਨਲਾਈਨ ਹੀ ਫਿਲ ਕਰਨਾ ਪੈਂਦਾ ਵਾ, ਠੀਕ ਹੈ, ਕਿੱਥੇ ਜਾਣਾ ਕਿੱਥੇ ਆਉਣਾ ਤੁਸੀਂ ਤੇ ਇਹ ਚੀਜ਼ਾਂ ਵੀ ਕਿੱਥੇ ਤੁਹਾਡੀ ਸਟੇ ਆ ਜਿੱਦਾਂ ਵੀ ਵਾਇਆ ਤੁਸੀਂ ਆ ਰਹੇ ਆ ਉਹ ਸਾਰੀ ਡਿਟੇਲ ਭਰਨੀ ਪੈਂਦੀ ਹੁੰਦੀ ਆ। ਉਹ ਜੇ ਤੁਸੀਂ ਭਰਦੇ ਆ ਤਾਂ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਤੁਸੀਂ ਆ ਸਕਦੇ ਆ ਤਾਂ ਕੁਆਰੰਟਾਈਨ ਤੁਹਾਨੂੰ ਜ਼ਰੂਰ ਕਰਨਗੇ ਇੱਥੇ ਜਿਨ੍ਹਾਂ ਨੇ ਮਤਲਬ ਵੈਕਸੀਨ ਨਵੀਂ ਲਵਾਈ ਹੈਗੀ ਤੇ ਜਿਹੜੀ ਰਿਪੋਰਟ ਆ ਉਹ ਜ਼ਰੂਰ ਦੇਖਣਗੇ। ਤੇ ਬਾਕੀ ਜਿਹੜਾ ਇੰਡੀਆ ਤੋਂ ਜਿਹਨੇ ਆਉਣਾ ਵਾ ਜੇ ਤੁਹਾਡੇ ਵੈਕਸੀਨ ਲੱਗੀ ਵੀ ਆ ਜੇ ਨਹੀਂ ਵੀ ਲੱਗੀ ਤਾਂ ਵੀ ਤੁਹਾਨੂੰ ਉਹ ਜਿਹੜੀ ਆ ਰਿਪੋਰਟ ਦੇਣੀ ਪੈਣੀ ਆ, 72 ਘੰਟੇ ਜਿਹੜੀ ਵੈਲਿਡ ਆ ਉਹ ਤੁਹਾਨੂੰ ਦੇਣੀ ਪੈਣੀ ਆ। ਸੋ ਦੋਸਤੋ ਬਾਕੀ ਜਿਹੜੀ ਕੱਲ੍ਹ ਵੀ ਇੱਕ ਜਿੱਦਾਂ ਮੈਂ ਤੁਹਾਨੂੰ ਲਾਈਵ ਦੇ ਵਿੱਚ ਦੱਸਿਆ ਸੀਗਾ ਕਿ ਕਿਸੇ ਨੇ ਦੋਸਤ ਨੇ ਆਪਾਂ ਨੂੰ ਮੈਸੇਜ ਸੈਂਡ ਕੀਤਾ ਸੀਗਾ ਤੇ ਵੀਜ਼ਾ ਭੇਜਿਆ ਸੀ ਵੀ ਮੇਰਾ ਵੀਜ਼ਾ ਆ ਗਿਆ, ਪਰ ਉਹ ਵੀਜ਼ਾ ਜਿਹੜਾ ਹੈਗਾ ਫੇਕ ਸੀਗਾ, ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਬਚ ਕੇ। ਤੇ ਬਾਕੀ ਹੋਰਾਂ ਦੋਸਤਾਂ ਨੇ ਜੋ ਵੀ ਪੁੱਛਣਾ ਹੁੰਦਾ ਵਾ ਆਪਾਂ ਨੂੰ, ਆਪਣਾ ਫੇਸਬੁੱਕ ਪੇਜ ਹੈਗਾ ਵਾ ਸਾਈਪ੍ਰਸ ਲਾਈਵ, ਉੱਤੇ ਜਾ ਕੇ ਤੁਸੀਂ ਆਪਣੇ ਪੇਜ ਨੂੰ ਲਾਈਕ ਕਰ ਲਿਓ, ਫੋਲੋ ਕਰ ਲਿਓ, ਤੇ ਮੈਸੇਜ ਤੁਸੀਂ ਜ਼ਰੂਰ ਕਰ ਸਕਦੇ ਆ, ਠੀਕ ਹੈ ਜੀ। ਤੇ ਜਿੰਨਾ ਵੀ ਹੁੰਦਾ ਵਾ ਮੈਂ ਜਦੋਂ ਵੀ ਟਾਈਮ ਲੱਗਦਾ ਮੈਂ ਮੈਸੇਜ ਦਾ ਰਿਪਲਾਈ ਜ਼ਰੂਰ ਕਰਦਾ ਹਾਂ ਤੇ ਦੱਸ ਵੀ ਜ਼ਰੂਰ ਦਿੰਦਾ ਆ ਜੋ ਵੀ ਚੀਜ਼ ਹੁੰਦੀ ਆ। ਤੇ ਬਾਕੀ ਜਿਹੜਾ ਫੇਕ ਵੀਜ਼ਾ ਵਗੈਰਾ ਤੋਂ ਬਚੋ ਤੇ ਆਪਣੇ ਏਜੰਟਾਂ ਨਾਲ ਸਹੀ ਤਰੀਕੇ ਨਾਲ ਗੱਲ ਕਰਕੇ ਰੱਖੋ ਨਾ, ਤੇ ਜੇ ਤਾਂ ਤੁਹਾਡਾ ਕੋਈ ਰਿਸ਼ਤੇਦਾਰ ਆ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਜੇ ਕੋਈ ਉਦਾਂ ਵਾ ਫਿਰ ਥੋੜ੍ਹਾ ਜਿਹਾ ਤੁਹਾਨੂੰ ਕਲੀਅਰ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਬਾਰੇ। ਸੋ ਅੱਜ ਦੀ ਵੀਡੀਓ ਜੀ ਦੋਸਤੋ ਇੰਨੀ ਕੁ ਜਾਣਕਾਰੀ, ਜੇਕਰ ਚੰਗੀ ਲੱਗੀ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।